ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਉਹਨਾਂ ਦੀ ਮੱਤ ਵੱਜੀ ਪਈ। ਕਹਿੰਦੇ ਸੁਖਬੀਰ ਬਾਦਲ ਨੇ 10 ਕੱਢਤੇ, ਕੱਲ ਮੈਂ ਖਬਰ ਸੁਣੀ ਸੁਖਬੀਰ ਬਾਦਲ ਨੇ ਕਹਿੰਦੇ 10 ਲੀਡਰ ਕੱਢਤੇ। ਮੈਂ ਕਿਹਾ ਹੈਗੇ ਕਿੰਨੇ ਕਿ ਸੀ ਪਹਿਲਾਂ? 10 ਕੀ ਸੀ, ਉਹੀ ਕੱਢਤੇ, ਹੁਣ ਫਿਰ ਕੀ ਕਰੋਗੇ? ਤੱਕੜੀ ਕਿੱਧਰ ਗਈ ਫਿਰ ਹੁਣ? ਉਹ ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ। ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ, ਥੋੜਾ ਝਾੜੂ ਖਿਲਰ ਗਿਆ, ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ, ਪੰਜੇ ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ, ਪਤਾ ਨਹੀਂ ਹੋਰ ਹੀ ਆਲਾ ਕੋਟ ਜਿਹਾ ਬਣ ਜਾਂਦਾ ਕਿ ਉਹ ਨਹੀਂ ਰਹਿੰਦਾ। ਝਾੜੂ ਤਾਂ ਫਿਰ ਵੀ 2-4 ਤੀਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਣ, ਸਫਾਈ ਕਰਦਾ ਰਹਿੰਦਾ ਹੈ, ਝਾੜੂ ਨੂੰ ਕੋਈ ਖਤਰਾ ਨਹੀਂ। ਤੁਸੀਂ ਆਪਣੀਆਂ ਤੱਕੜੀਆਂ ਪੰਜੇ ਦੇਖ ਲਓ ਬਸ। ਹਾਂ, ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਉਹਨਾਂ ਦੀ ਮੱਤ ਵੱਜੀ ਪਈ। ਕਹਿੰਦੇ ਸੁਖਬੀਰ ਬਾਦਲ ਨੇ 10 ਕੱਢਤੇ, ਕੱਲ ਮੈਂ ਖਬਰ ਸੁਣੀ ਸੁਖਬੀਰ ਬਾਦਲ ਨੇ ਕਹਿੰਦੇ 10 ਲੀਡਰ ਕੱਢਤੇ। ਮੈਂ ਕਿਹਾ ਹੈਗੇ ਕਿੰਨੇ ਕੁ ਸੀ ਪਹਿਲਾਂ? 10 ਕੀ ਸੀ, ਉਹੀ ਕੱਢਤੇ, ਹੁਣ ਫਿਰ ਕੀ ਕਰੋਗੇ? ਤੱਕੜੀ ਕਿੱਧਰ ਗਈ ਫਿਰ ਹੁਣ? ਉਹ ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ। ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ, ਥੋੜਾ ਝਾੜੂ ਖਿਲਰ ਗਿਆ, ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ, ਪੰਜੇ ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ, ਪਤਾ ਨਹੀਂ ਹੋਰ ਹੀ ਆਲਾ ਕੋਟ ਜਿਹਾ ਬਣ ਜਾਂਦਾ ਕਿ ਉਹ ਨਹੀਂ ਰਹਿੰਦਾ। ਝਾੜੂ ਤਾਂ ਫਿਰ ਵੀ 2-4 ਤੀਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਣ, ਸਫਾਈ ਕਰਦਾ ਰਹਿੰਦਾ ਹੈ, ਝਾੜੂ ਨੂੰ ਕੋਈ ਖਤਰਾ ਨਹੀਂ। ਤੁਸੀਂ ਆਪਣੀਆਂ ਤੱਕੜੀਆਂ ਪੰਜੇ ਦੇਖ ਲਓ ਬਸ। ਹਾਂ, ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਉਹਨਾਂ ਦੀ ਮੱਤ ਵੱਜੀ ਪਈ। ਕਹਿੰਦੇ ਸੁਖਬੀਰ ਬਾਦਲ ਨੇ 10 ਕੱਢਤੇ, ਕੱਲ ਮੈਂ ਖਬਰ ਸੁਣੀ ਸੁਖਬੀਰ ਬਾਦਲ ਨੇ ਕਹਿੰਦੇ 10 ਲੀਡਰ ਕੱਢਤੇ। ਮੈਂ ਕਿਹਾ ਹੈਗੇ ਕਿੰਨੇ ਕੁ ਸੀ ਪਹਿਲਾਂ? 10 ਕੀ ਸੀ, ਉਹੀ ਕੱਢਤੇ, ਹੁਣ ਫਿਰ ਕੀ ਕਰੋਗੇ? ਤੱਕੜੀ ਕਿੱਧਰ ਗਈ ਫਿਰ ਹੁਣ? ਉਹ ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ। ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ, ਥੋੜਾ ਝਾੜੂ ਖਿਲਰ ਗਿਆ, ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ, ਪੰਜੇ ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ, ਪਤਾ ਨਹੀਂ ਹੋਰ ਹੀ ਆਲਾ ਕੋਟ ਜਿਹਾ ਬਣ ਜਾਂਦਾ ਕਿ ਉਹ ਨਹੀਂ ਰਹਿੰਦਾ। ਝਾੜੂ ਤਾਂ ਫਿਰ ਵੀ 2-4 ਤੀਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਣ, ਸਫਾਈ ਕਰਦਾ ਰਹਿੰਦਾ ਹੈ, ਝਾੜੂ ਨੂੰ ਕੋਈ ਖਤਰਾ ਨਹੀਂ। ਤੁਸੀਂ ਆਪਣੀਆਂ ਤੱਕੜੀਆਂ ਪੰਜੇ ਦੇਖ ਲਓ ਬਸ। ਹਾਂ, ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਉਹਨਾਂ ਦੀ ਮੱਤ ਵੱਜੀ ਪਈ। ਕਹਿੰਦੇ ਸੁਖਬੀਰ ਬਾਦਲ ਨੇ 10 ਕੱਢਤੇ, ਕੱਲ ਮੈਂ ਖਬਰ ਸੁਣੀ ਸੁਖਬੀਰ ਬਾਦਲ ਨੇ ਕਹਿੰਦੇ 10 ਲੀਡਰ ਕੱਢਤੇ। ਮੈਂ ਕਿਹਾ ਹੈਗੇ ਕਿੰਨੇ ਕੁ ਸੀ ਪਹਿਲਾਂ? 10 ਕੀ ਸੀ, ਉਹੀ ਕੱਢਤੇ, ਹੁਣ ਫਿਰ ਕੀ ਕਰੋਗੇ? ਤੱਕੜੀ ਕਿੱਧਰ ਗਈ ਫਿਰ ਹੁਣ? ਉਹ ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ। ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ, ਥੋੜਾ ਝਾੜੂ ਖਿਲਰ ਗਿਆ, ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ, ਪੰਜੇ ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ, ਪਤਾ ਨਹੀਂ ਹੋਰ ਹੀ ਆਲਾ ਕੋਟ ਜਿਹਾ ਬਣ ਜਾਂਦਾ ਕਿ ਉਹ ਨਹੀਂ ਰਹਿੰਦਾ। ਝਾੜੂ ਤਾਂ ਫਿਰ ਵੀ 2-4 ਤੀਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਣ, ਸਫਾਈ ਕਰਦਾ ਰਹਿੰਦਾ ਹੈ, ਝਾੜੂ ਨੂੰ ਕੋਈ ਖਤਰਾ ਨਹੀਂ। ਤੁਸੀਂ ਆਪਣੀਆਂ ਤੱਕੜੀਆਂ ਪੰਜੇ ਦੇਖ ਲਓ ਬਸ। ਹਾਂ।